السلام علیکم دوستو، آج دی ویڈیو آ سبزی بیجی سی. آ دیکھو، آ لسن بیجی ہے تے ایتھے آ دیکھو، آ مولیاں کاشت کیتیاں تے آ دیکھو ماشاءاللہ کن گنڈیاں دا پیاز دی پنیری لائی ہے ایتھے. آ دیکھو ماشاءاللہ پیاز دی پنیری لائی ہے تقریباً 6 کڑاں دی. ماشاءاللہ اگاؤ بہت زبردست ہویا تے اے جڑی پنیری ہے ماشاءاللہ بہت زبردست آ. اے نصری بی آ، نصرپوری بی آ تے اے کپال دیاں کھیڑاں کڈ کے ہے نا اودے اُتے لاونا انشاءاللہ. ਕਪਾਹ ਵਾਲੀਆਂ ਖੇੜਾਂ ਕੱਢ ਕੇ ਤੇ ਉੱਤੇ ਲਾਵੇ ਤੇ ਫਿਰ ਨਾ ਇਹਦਾ ਫਾਇਦਾ ਹੋ ਜਾਂਦਾ ਕਿ ਇਹਨਾਂ ਬਹੁਤ ਜ਼ਬਰਦਸਤ ਔਸਤ ਆਉਂਦੀ ਆ. ਗੰਡਿਆਂ ਨੂੰ ਜਿਹੜਾ ਇਕੱਲਾ ਸਲਾਬਾ ਚੜ੍ਹਦਾ ਸਿੱਕਾ ਆਉਂਦਾ ਤੇ ਉਹ ਨਹੀਂ ਹੁੰਦਾ, ਕੀ ਕਹਿੰਦੇ ਹੁੰਦੇ ਆ, ਗੰਡਿਆਂ ਨੂੰ ਪਾਣੀ ਨਹੀਂ ਲੱਗਦਾ. ਜਦੋਂ ਗੰਡਿਆਂ ਨੂੰ ਪਾਣੀ ਨਹੀਂ ਨਾ ਲੱਗਦਾ, ਇਕੱਲਾ ਸਿੱਕਾ ਆਉਂਦਾ, ਫਿਰ ਬਹੁਤ ਜ਼ਬਰਦਸਤ ਹੁੰਦੀ ਆ. ਆਹ ਦੇਖੋ ਮਾਸ਼ਾਅੱਲਾ ਕੈਸੀ ਆ. ਵਿੱਚ ਗੰਦਾ ਥੋੜ੍ਹਾ ਬਹੁਤ ਇੱਟ ਸਿੱਟ ਉਗੀ ਆ, ਇੱਟ ਸਿੱਟ ਇਨਸ਼ਾਅੱਲਾ ਪੱਟ ਦਾਂਗੇ, ਸਫਾਈ ਕਰਾਂਗੇ ਤੇ ਇਨਸ਼ਾਅੱਲਾ ਚੰਗੀ ਹੋਈ ਹੋਊਗੀ. ਉਹ ਦੇਖੋ ਕਾਫੀ ਦੂਰ ਤੱਕ ਇੱਥੇ ਤੱਕ ਲਾਇਆ. ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵਾਲੇ ਬਟਨ ਨੂੰ ਵੀ ਨੱਪ ਦਿਓ. ਜਜ਼ਾਕੁਮੁੱਲਾ ਖੈਰ.